ਅਸੀਂ ਬੋਲਣ ਦੇ ਆ ਨੂਰੀ ਦੇ ਕਿਚਨ ਜੋਂ ਤੇ ਅਸੀਂ ਅੱਜ ਤੁਹਾਡੇ ਨਾਲ ਰੈਸਪੀ ਜਿਹੜੀ ਹੈ ਬੜੀ ਹੀ ਮਜ਼ੇਦਈ ਸ਼ੇਅਰ ਕਰਾਂ ਦੇ ਮੁਹਰਮੁਲ ਹਰਾਮ ਹੈ ਤੇ ਘਰ ਜ਼ਰੂਰੀ ਨਹੀਂ ਕੋਈ ਮਹਿਮਾਨ ਹੋਣ ਤੇ ਫਿਰ ਇਹੋ ਜੇ ਮਜ਼ੇ ਮਜ਼ੇ ਦੇ ਖਾਣੇ ਬਣਾਓ ਅੱਜ ਦੇ ਦਿਨ ਆਪਣੇ ਘਰ ਮਜ਼ੇ ਦੇ ਖਾਣੇ ਬਣਾਓ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਮਜ਼ੇ ਦੇ ਖਾਣੇ ਬਣਾ ਕੇ ਤੇ ਖਵਾਓ ਤੇ ਸਾਰਨਾ ਪਹਿਲੂ ਚੁੱਲੇ ਦੇ ਤੇ ਅਸਾਂ ਰੱਖ ਲਿਆ ਕਿ ਉਹ ਕਿਉਂ ਕਿ ਉਹ ਸਾਡਾ ਗਰਮ ਹੋ ਗਿਆ ਤੇ ਅਸੀਂ ਜਿਹੜਾ ਸਬਜ਼ ਮਸਾਲਾ ਅਸਾਂ ਤੁਹਾਨੂੰ ਸਕਰੀਨ ਤੇ ਵਖਾਇਆ ਹੈ ਅਸੀਂ ਉਹਨੂੰ ਹਲਕਾ ਜਿਹਾ ਪਿੰਕ ਪਿੰਕ ਕਰਾਂਦੇ ਤੇ ਅਸੀਂ ਬੜੀ ਹੀ ਮਜ਼ੇਦਾਰ ਗ੍ਰੀਨ ਜਿਹੜੀ ਇਹ ਅੱਜ ਕੜਾਈ ਜਿਹੜੀ ਹੈ ਤੁਹਾਨੂੰ ਸ਼ੇਅਰ ਕਰਾਂਦੇ ਜਿਦੇ ਵਿੱਚ ਪਦੀਨਾ ਤੇ ਸਬਜ਼ ਧਨੀਆ ਦੇ ਸਬਜ਼ ਮਰਚਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਪਾ ਗਏ ਤੇ ਅਸੀਂ ਇਹਨਾਂ ਨੂੰ ਗ੍ਰाइंड ਕਰ ਲਵਾਂਦੇ ਤੇ 2.5 ਕਿਲ ਸਾਡੇ ਕੋਲ ਚਿਕਨ ਸੀ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਪਾ ਕੇ ਸਾਰਨਾ ਪਹਿਲੂ ਜਿਹੜਾ ਅਸੀਂ ਗ੍ਰाइंड ਕਰਨੇ ਆ ਥੋੜਾ ਸਾਰਾ ਤੁਸੀਂ ਪਾਣੀ ਪਾਣਾ ਤੇ ਪਾਣੀ ਪਾ ਕੇ ਤੇ ਤੁਸੀਂ ਇਹਨੂੰ ਗ੍ਰाइंड ਕਰਕੇ ਤੇ ਤੁਸੀਂ ਇਹ ਜਿਹੜੀ ਚਟਨੀ ਹੈ ਦਹੀਂ ਦੇ ਵਿੱਚ ਪਾ ਲੈਣੀ ਹੈ ਤੇ ਵੀਡੀਓ ਤੁਸੀਂ ਸਾਡੀ ਪੂਰੀ ਵੇਖਣੀ ਹੈ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਮਸਾਲਾ ਜਿਹੜਾ ਹੈ ਹਲਕਾ ਜਿਹਾ ਅਸਾਂ ਇਹਨੂੰ ਪਿੰਕ ਪਿੰਕ ਹੋ ਗਿਆ ਤੇ ਬਾਹਰ ਕੱਢ ਕੇ ਅਸਾਂ ਠੰਡਾ ਕਰ ਲਿਆ ਤੇ ਜਿਹੜਾ ਚੁੱਲੇ ਦੇਤੇ ਅਸਾਂ ਕੜਾਹੀ ਦੇ ਵਿੱਚ ਕੀਉ ਸੀ ਇਹਦੇ ਵਿੱਚ ਹੀ ਅਸੀਂ ਚਿਕਨ ਜਿਹੜਾ ਹੈ ਅਸੀਂ ਪਾ ਲੈਨੇ ਆ ਚਿਕਨ ਨੂੰ ਅਸੀਂ ਸਰਕਾ ਲਾ ਕੇ ਤੇ ਪਹਿਲੂ 10 ਤੋਂ 15 ਮਿੰਟ ਵਾਸਤੇ ਸੰਭੋ ਗੋ ਕੇ ਰੱਖਿਆ ਸੀ ਤੇ ਮਾਸ਼ਾਅੱਲਾ ਵੀ ਖਸਕ ਦਿਓ ਚਿਕਨ ਸਾਡਾ ਸਾਫ ਹੋ ਗਿਆ ਵਾਈਟ ਵਾਈਟ ਹੋ ਗਿਆ ਵੀ ਇਹਦਾ ਬਲੱਡ ਵਗੈਰਾ ਜਿਹੜਾ ਸਾਰਾ ਨਿਕਲ ਗਿਆ ਤੇ ਚਿਕਨ ਜਿਹੜਾ ਸਾਡਾ ਫਰਾਈ ਹੁੰਦਾ ਪਿਆ ਤੇ ਇਹਦੇ ਵਿੱਚ ਜਿਹੜਾ ਮਸਾਲਾ ਹੈ ਉਹ ਵੀ ਗ੍ਰाइंड ਕਰਕੇ ਅਸੀਂ ਪਾ ਲਿਆ ਤੇ ਸਾਡੇ ਕੋਲ ਸੁੱਕਾ ਧਨੀਆ ਤੇ ਪੀਸਿਆ ਜੀਰਾ ਤੇ ਕਾਲੀ ਮਿਰਚੇ ਅੱਧਾ ਚਮਚ ਕਾਲੀ ਮਿਰਚ ਦਾ ਆ ਤੇ ਇੱਕ ਚਮਚੀ ਸਾਡੇ ਕੋਲ ਸੁੱਕਾ ਧਨੀਆ ਤੇ ਇੱਕ ਚਮਚੀ ਸਾਡੇ ਕੋਲ ਸਾਬਤ ਪੀਸੇ ਆ ਜ਼ੀਰਾ ਹੈ ਸਾਡੇ ਕੋਲ ਤੇ ਮਸਾਲੇ ਜਿਹੜੇ ਨੇ ਅਸਾਂ ਫ੍ਰੈਸ਼ ਜਿਹੜੇ ਨੇ ਇਸ ਟਾਈਮ ਅਸਾਂ ਪੀਸੇ ਨੇ ਇਹਨਾਂ ਦੀ ਖੁਸ਼ਬੂ ਜਿਹੜੀ ਹੈ ਬੜੀ ਜ਼ਿਆਦਾ ਆਈ ਦੀ ਤੇ ਇੱਕ ਚਮਚੀ ਸਾਂ ਪਾ ਲਿਆ ਨਮਕ ਦਾ ਤੇ ਇਹਦੇ ਵਿੱਚ ਲਾਲ ਮਿਰਚ ਜਿਹੜੀ ਹੈ ਅਸਾਂ ਉਹ ਇਸਤੇਮਾਲ ਨਹੀਂ ਕਰਨੀ ਤੇ ਚਿਕਨ ਜਿਹੜਾ ਸਾਡਾ ਮਾਸ਼ਾਅੱਲਾ ਪੱਕਦਾ ਪਿਆ ਤੇ ਇਹਨਾਂ ਟਕਣ ਜਿਹੜਾ ਅਸੀਂ ਬੰਦ ਕਰਦੇ ਨੇ ਆ ਤੇ ਇਹ ਆਪਣੇ ਹੀ ਪਾਣੀ ਦੇ ਵਿੱਚ ਜਿਹੜਾ ਸਹੀ ਤਰ੍ਹਾਂ ਗਲ ਜਾਵੇ ਦਾ ਪੱਕ ਜਾਵੇ ਦਾ ਤੇ ਅੱਜ ਮੇਰੀ ਛੋਟੀ ਭੈਣ ਆਈ ਏ ਤੇ ਮੇਰੀ ਛੋਟੀ ਭੈਣ ਜਿਹੜੀ ਏ ਉਹ ਹਾਂਡੀ ਜਿਹੜੀ ਏ ਕੜਾਈ ਜਿਹੜੀ ਏ ਬਣਾਣ ਲਈ ਏ ਤੇ ਵੀਡੀਓ ਤੁਸੀਂ ਸਾਡੀ ਨੂੰ ਪੂਰੀ ਨੂੰ ਵੇਖਣਾ ਸਕਿਪ ਨਹੀਂ ਕਰਨਾ ਤੇ ਦੇ ਜਿਹੜੀ ਇਹ ਉਹਦੇ ਵਿੱਚ ਚਟਨੀ ਅਸੀਂ ਮਿਕਸ ਕਰ ਲਈਏ ਤੇ ਜਿਹੜਾ ਚਿਕਨ ਹੈ ਸਾਡਾ ਕਿਸੇ ਹੱਦ ਤੱਕ ਗਲ ਗਿਆ ਹੈ ਤੇ ਇਹਨੂੰ ਅਸੀਂ ਵਿੱਚ ਪਾ ਦਿੰਨੇ ਆਂ ਬਰਤਨ ਨੂੰ ਸਹੀ ਤਰ੍ਹਾਂ ਸਾਫ਼ ਕਰ ਲਵਿਆ ਕਰੋ ਕੋਈ ਵੀ ਚੀਜ਼ ਜਿਹੜੀ ਹੈ ਜ਼ਾਇਆ ਨਾ ਕਰਿਆ ਕਰੋ ਤੇ ਇਹਨੂੰ ਅਸੀਂ ਮਿਕਸ ਕਰਨੇ ਆ ਮਿਕਸ ਕਰਕੇ ਤੇ ਅਸੀਂ ਇਹਨੂੰ 6 ਤੋਂ 7 ਮਿੰਟ ਬਾਅਦ ਅਸੀਂ ਧਮ ਲਾਣੇ ਆ ਤੇ ਮਾਸ਼ਾਅੱਲਾ ਵੇਖ ਸਕਦੇ ਹੋ ਕੜਾਈ ਸਾਡੀ ਜਿਹੜੀ ਇਹ ਬੜੀ ਹੀ ਮਜ਼ੇ ਦੀ ਜਿਹੜੀ ਪੱਕਦੀ ਹੈ ਭਈ ਤੇ ਬੜੀ ਹੀ ਸੋਹਣੀ ਖੁਸ਼ਬੂ ਜਿਹੜੀ ਆ ਰਹੀ ਹੈ ਤੇ ਹਾਂਡੀ ਨੇ ਕਿਉਂ ਛੱਡ ਦਿੱਤਾ ਵੇ ਗ੍ਰੀਨ ਕੜਾਈ ਸਾਂ ਮਾਸ਼ਾਅੱਲਾ ਬਣਾ ਲਈਏ ਬਣਾ ਕੇ ਸਾਂ ਤਿਆਰ ਕਰ ਲਈਏ ਤੇ ਵੇਖ ਸਕਦੇ ਹੋ ਬੜਾ ਛਾ ਕਲਰ ਏ ਤੇ ਬੜੀ ਅਚੀ ਲੁੱਕ ਏ ਤੇ ਤੁਸੀਂ ਵੀ ਬਣਾਓ ਤੇ ਟਰਾਈ ਕਰੋ ਤੇ ਜੇ ਸਾਡੀ ਰੈਸਪੀ ਤੁਹਾਨੂੰ ਪਸੰਦ ਆਏ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਸਾਡੀ ਨੂੰ ਪੂਰੀ ਨੂੰ ਵਾਚ ਕਰੋ ਤੇ ਸਾਨੂੰ ਤੇ ਸਾਡੇ ਕੈਮਰਾਮੈਨ ਨੂੰ ਇਜਾਜ਼ਤ ਦੇਵੋ ਆਪਣੀਆਂ ਦੁਆਵਾਂ ਚ ਯਾਦ ਰੱਖੋ ਤੇ ਠੀਕ ਏ ਅੱਲਾਹ ਹਾਫਿਜ਼